सीबीएसई बोर्ड वल्लों पिछले दिनी 10वीं ते 12वीं क्लास दे नतीजे ऐलाने गए, जिस च वख-वख जिले ते वख-वख विद्यार्थियों ने टॉप कीता। ते इसे कड़ी तहत पंजाब दी मोगा दी रहण वालियां दो पैणा ने अपनी मापियां दे नाल नाल पंजाब दा नाम वी रोशन कीता। 10वीं सीबीएसई बोर्ड दी परीक्षा च अलीशा ने 90 ते आंचल ने 97% अंक प्राप्त करके अपने स्कूल दा नाम भी रोशन कीता। हुण नतीजे आउण तो बाद उहनां दे घर ते वधाइयां देण वाले रिश्तेदारां दा आना जाना लग्या होया। नतीजे आउण तो बाद उहनां दे माता पिता बहुत खुश ने ते अपने बच्चियां ते माण महसूस कर रहे ने। इस मौके उहनां दे माता पिता ने कहा कि इह बच्चियां दी मेहनत ते लगन दा नतीजा है। होर की कुछ कहा उहनां दे माता पिता ने, आओ सुणदे आं। घर च बड़ियां खुशियां हैगियां, दोनों पोतियां ਬੜੇ ਵਧੀਆ ਨੰਬਰ ਲੈ ਕੇ ਪਾਸ ਹੋਈਆਂ ਨੇ। ਬਿਲਕੁਲ ਠੀਕ। ਕੀ ਕਹੋਗੇ ਤੁਸੀਂ ਦੇ ਬਾਰੇ? ਮੈਂ ਬਸ ਇਹ ਮੈਨੂੰ ਪ੍ਰਾਊਡ ਫੀਲ ਹੋ ਰਿਹਾ ਵੀ ਮੇਰੀਆਂ ਬੇਟੀਆਂ ਮੇਰੇ ਘਰ ਦਾ ਨਾਂ ਰੋਸ਼ਨ ਕਰ ਰਹੀਆਂ। ਤੁਹਾਡੇ ਵਰਗੇ ਵੀ ਅੱਜ ਮੇਰੇ ਘਰ ਤਾਂ ਹੀ ਆ ਗਏ ਇਹਨਾਂ ਲੜਕੀਆਂ ਦੇ ਕਾਰਨ। ਨਹੀਂ ਅੱਗੇ ਆਪਾਂ ਕਿੰਨੀ ਦੇਰ ਦੇ ਕਦੀ ਦੇਖਿਆ ਸੋਚਿਆ ਹੀ ਨਹੀਂ ਸੀਗਾ। ਅਤੇ ਬਾਕੀ ਪ੍ਰਾਊਡ ਫੀਲ ਹੋ ਹੀ ਰਿਹਾ ਵੀ ਚਲੋ ਆਪਦਾ ਬੱਚਾ ਆਪਦੀਆਂ ਜ਼ਿੰਦਗੀ ਆਪ ਬਣਾਉਣਗੀਆਂ। ਉਹ ਡਾਕਟਰ ਬਣਨਾ ਚਾਹੁੰਦੀ ਹੈ, ਉਹ ਸੀ ਏਬਲ ਕਰਨਾ ਚਾਹੁੰਦੀ। ਜੋ ਇਹਨਾਂ ਦੀ ਖੁਸ਼ੀ ਹੈ, ਜੋ ਇਹ ਕਰਨਾ ਚਾਹੁੰਦੀ, ਸਾਡੇ ਵੱਲੋਂ ਕੋਈ ਰੁਕਾਵਟ ਨਹੀਂ। ਤੁਸੀਂ ਵੀ ਬਤੌਰ ਪ੍ਰਿੰਸੀਪਲ? ਮੈਂ ਹਾਂ, ਮੈਂ ਸੀ ਆਪਣਾ ਐਸਐਸ ਮਿਸਟਰਸ ਰਹੀ ਹਾਂ ਪਹਿਲਾਂ, ਫਿਰ ਮੇਰੀ ਸਿਲੈਕਸ਼ਨ ਹੋ ਗਈ ਸੀ ਐਜ ਹੈੱਡ ਮਿਸਟਰਸ ਹਾਈ ਸਕੂਲ ਚੁਗਾਵਾਂ 'ਚ। ਉੱਥੇ ਬਸ ਜੋਬ ਕੀਤੀ, ਉੱਥੋਂ ਰਿਟਾਇਰ ਹੋ ਗਈ ਸੀ ਮੈਂ। ਅਤੇ ਮੈਂ ਆਪਣਾ ਟਾਈਮ ਬਹੁਤ ਵਧੀਆ ਪਾਸ ਕੀਤਾ। ਤੁਹਾਨੂੰ ਲੱਗਦਾ ਵੀ ਜਿਹੜੇ ਟਾਈਮ 'ਤੇ ਤੁਸੀਂ ਬੱਚਿਆਂ ਨੂੰ ਪੜ੍ਹਾਉਂਦੇ ਸੀ ਉਹੋ ਜਿਹੀ ਐਜੂਕੇਸ਼ਨ ਹੁਣ ਮਿਲ ਰਹੀ ਹੈ? ਨਹੀਂ ਮਿਲਦੀ, ਨਹੀਂ ਮਿਲਦੀ। ਮੇਰੇ ਵਰਗੀ ਨੇ ਬਹੁਤ ਪੜ੍ਹਾਇਆ ਮੈਨੂੰ, ਹੁਣ ਤੱਕ ਯਾਦ ਕਰਦੇ। ਅਤੇ 13 ਸਾਲ ਮੈਂ ਮੁੱਗੀ ਪੂਰੇ ਪੜ੍ਹਾਇਆ ਹਾਈ ਸਕੂਲ 'ਚ। ਪਰ ਜਾ ਕੇ ਪੁੱਛੋ ਮੇਰਾ ਰਿਕਾਰਡ ਕੀ ਹੈ। ਮਾਵਾਂ ਹੁਣ ਵੀ ਮਿਲਦੀਆਂ ਨੇ ਕਿਤੇ, ਕਹਿੰਦੇ ਤੁਸੀਂ ਪੜ੍ਹਾ ਗਏ ਸਾਡੇ ਲੱਤਾਂ ਨਾਲ ਕੁੱਟ ਕੁੱਟ ਕੇ। ਹੁਣ ਤਾਂ ਕਹਿੰਦੇ ਬੱਚੇ ਪੜ੍ਹਦੇ ਹੀ ਨਹੀਂ। ਮੈਂ ਲੱਤਾਂ ਨਾਲ ਕੁੱਟ ਕੁੱਟ ਕੇ ਪੜ੍ਹਾਇਆ, ਉਦੋਂ ਚੱਲਦਾ ਸੀ, ਡੰਡਾ ਵੀ ਚੱਲਦਾ ਸੀ, ਸਭ ਕੁਝ ਚੱਲਦਾ ਸੀ। ਹੁਣ ਤਾਂ ਅੱਜ ਕੱਲ੍ਹ ਹੈ ਹੀ ਨਹੀਂ ਬੱਚੇ ਨੂੰ, ਆਪਾਂ ਕਹਿ ਹੀ ਨਹੀਂ ਸਕਦੇ ਕੁਛ। ਆਮ ਬੱਚਿਆਂ ਨੂੰ ਤੁਸੀਂ ਇੱਕ ਕੀ ਸੰਦੇਸ਼ ਦਿੰਦੇ ਹੋ ਜਿਹੜੇ ਬੱਚੇ ਜ਼ਿਆਦਾ ਬਾਹਰਲੇ ਮੁਲਕਾਂ ਨੂੰ ਭੱਜ ਰਹੇ? ਭੱਜ ਗਏ, ਮੇਰੇ ਪੜ੍ਹਾਏ ਹੋਏ ਬਹੁਤੇ ਭੱਜ ਗਏ, ਬਹੁਤੇ ਭੱਜੇ ਆ। ਕੋਈ ਪਟਵਾਰੀ ਬਣ ਗਏ, ਕੋਈ ਕਾਨੂੰ ਗੋ, ਕੋਈ ਸਿਪਾਹੀ, ਕੋਈ ਕਿਵੇਂ ਮਿਲਦੇ ਆ ਨਾ ਕਈ ਵਾਰ, ਅਤੇ ਯਾਦ ਆਉਂਦੀ ਆ, ਭੁੱਲ ਗਏ ਬੱਚਿਆਂ ਨੂੰ। ਹੁਣ ਅੱਜ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਜਦੋਂ ਦੋਨੇ ਪੋਤੀਆਂ ਪੂਰਾ? ਖੁਸ਼ੀ ਤਾਂ ਹੈਗੀ ਹੈ ਘਰ ਦੇ ਵਿੱਚ ਵੀ ਬੱਚੇ ਚਲੋ ਪੜ੍ਹਦੇ ਆ, ਆਪਦਾ ਨਾਂ ਇਹਨਾਂ ਨੇ ਵੀ ਰੋਸ਼ਨ ਕੀਤਾ, ਸਾਡਾ ਵੀ ਨਾਮ ਰੋਸ਼ਨ ਹੋਇਆ ਨਾਲ। ਕੀ ਨਾਮ ਜੀ ਤੁਹਾਡਾ? ਰਿਤੂ ਗਰਗ। ਰਿਤੂ ਜੀ, ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਹਾਡੀਆਂ ਦੋ ਬੇਟੀਆਂ ਔਰ ਦੋਨਾਂ ਨੇ ਜਿਹੜਾ ਹੈਗਾ ਨਾਮ ਰੋਸ਼ਨ ਕੀਤਾ ਗਿਆ, ਕਿੰਨੇ 10th ਦੇ ਵਿੱਚੋਂ ਅਤੇ ਕਿੰਨੇ 12th ਦੇ ਵਿੱਚੋਂ। ਕਿੱਦਾਂ ਲੱਗ ਰਿਹਾ ਤੁਹਾਨੂੰ? ਬਹੁਤ ਅੱਛਾ ਲੱਗ ਰਿਹਾ ਜੀ, ਬਹੁਤ ਪ੍ਰਾਊਡ ਫੀਲ ਹੋ ਰਿਹਾ ਜੀ। ਮੈਂ ਸੋਚਦੀ ਹਾਂ ਵੀ ਜੋ ਪ੍ਰਾਊਡ ਅੱਜ ਮੈਂ ਫੀਲ ਕਰ ਰਹੀ ਹਾਂ, ਦੁਨੀਆ 'ਤੇ ਹਰ ਪੇਰੈਂਟਸ ਨੂੰ ਇਹ ਮੌਕਾ ਮਿਲੇ ਵੀ ਹਰ ਇੱਕ ਦੇ ਬੱਚੇ ਇੰਨੇ ਲਾਇਕ ਨਿਕਲਣ, ਵੀ ਹਰ ਇੱਕ ਨੂੰ ਪ੍ਰਾਊਡ ਫੀਲ ਹੋਵੇ ਜੀ। ਹੁਣ ਫਰਦਰ ਕੀ ਕਰ ਰਹੀ ਹੈ ਬੇਟੀਆਂ ਦੀ, ਕੀ ਪਲੈਨ ਹੈ? ਬੇਟੀ ਜਿਹੜੀ +2 'ਚੋਂ ਕਲੀਅਰ ਹੋਈ ਹੈ ਜੀ ਉਹ ਮੈਡੀਕਲ, ਅਤੇ ਜਿਹੜੀ 11th 'ਚ ਹੋਈ ਹੈ ਉਹ ਕਾਮਰਸ। ਇੱਕ ਬੀਂਗ ਤੁਸੀਂ ਵੀ ਇੱਕ ਹੈਲਥ ਡਿਪਾਰਟਮੈਂਟ ਦੇ ਵਿੱਚ ਜੋਬ ਕਰਦੇ ਹੋ, ਲੜਕੀ ਨੇ ਵੀ ਜਿਹੜਾ ਹੈਗਾ ਸੋਚਿਆ ਹੈਗਾ ਕਿ ਮੈਂ MBBS ਜਾਣਾ ਹੈਗਾ, ਔਰ ਫਾਦਰ ਜਿਹੜੇ ਹੈਗੇ ਨੇ ਉਹਨਾਂ ਨੇ ਵੀ ਸ਼ਾਇਦ CA ਕੀਤੀ ਸੀ ਅਤੇ ਦੂਸਰੀ ਬੇਟੀ ਉੱਧਰ ਹੀ ਜਾ ਰਹੀ ਹੈ, ਕੁਛ ਕਿੱਦਾਂ ਦੀ ਗੁੜਤੀ ਮਿਲੀ ਉਹਨਾਂ ਨੂੰ? ਸਰ ਬਸ ਬੱਚਿਆਂ ਦੀ ਲਗਨ ਹੈ ਜੀ, ਖੁਦ ਦੀ ਹੋਈ, ਸਬਜੈਕਟਸ ਇਹਨਾਂ ਨੇ ਖੁਦ ਚੂਜ਼ ਕੀਤੇ ਆ, ਅਸੀਂ ਤਾਂ ਸਿਰਫ ਸਪੋਰਟ ਕਰਨ ਲਈ ਹੈ। ਉਹਨਾਂ ਦੀ ਖੁਦ ਦੀ ਇੱਛਾ, ਅਸੀਂ ਕਦੇ ਫੋਰਸ ਨਹੀਂ ਕੀਤਾ ਵੀ ਆਈਓ ਲੈ ਜਾਂ ਆਈਓ ਸਬਜੈਕਟ ਲੈ, ਉਹਨਾਂ ਦੀ ਖੁਦ ਦੀ ਇੱਛਾ ਹੈਗੀ, ਜੋ ਮਰਜ਼ੀ ਕਰ ਸਕਦੇ। ਵੱਡੀ ਬੇਟੀ ਮੰਮੀ ਦੇ ਮਗਰ ਤੇ ਛੋਟੀ ਬੇਟੀ ਪਾਪਾ ਦੇ ਕੋਲ। ਹਾਂਜੀ ਸਰ। ਅਲੀਸ਼ਾ ਤੇ ਆਂਚਲ ਦਾ ਕਹਿਣਾ ਹੈ ਕਿ ਉਹਨਾਂ ਦੇ ਮਾਤਾ ਪਿਤਾ ਤੇ ਅਧਿਆਪਕਾਂ ਨੇ ਉਹਨਾਂ ਦੀ ਪੜ੍ਹਾਈ 'ਚ ਪੂਰਾ ਸਾਥ ਦਿੱਤਾ। ਕੀ ਨਾਮ ਤੁਹਾਡਾ? ਅਲੀਸ਼ਾ। ਅਲੀਸ਼ਾ, ਕਿਹੜੀ ਕਲਾਸ 'ਚੋਂ ਤੁਸੀਂ? ਮੈਂ 10th ਪਾਸ ਕੀਤੀ ਹੈ ਹੁਣੀ, ਤੇ ਹੁਣ ਮੈਂ 11th 'ਚ ਹਾਂ। ਅੱਛਾ, ਇਕੱਠੇ CBSE ਦੇ ਰਿਜ਼ਲਟ ਆਏ ਆ, ਵੱਡੀ ਸਿਸਟਰ +2 ਦੇ ਵਿੱਚੋਂ ਟੌਪ ਤੇ ਗਈ ਹੈ ਤੇ ਤੁਸੀਂ ਇਹਦੇ 'ਚ ਗਏ ਹੋ, ਕੀ ਕਹੋਗੇ ਇਹਦੇ ਬਾਰੇ? ਮਿਹਨਤ ਕਿਤੇ ਕੀਤੀ ਜ਼ਿਆਦਾ, ਕਿਤੇ ਸਪੋਰਟ ਕਰ ਦਿਓ? ਮੇਰਾ CBSE 10th ਦੇ ਰਿਜ਼ਲਟ 'ਚੋਂ 97.8% ਗਏ ਨੇ, ਡਿਸਟ੍ਰਿਕਟ ਟੋਪਰ, ਡਿਸਟ੍ਰਿਕਟ 'ਚੋਂ ਫਸਟ ਪੋਜੀਸ਼ਨ ਹੀ ਗਈ ਹੈ। ਮਿਹਨਤ ਬਹੁਤ ਲੱਗੀ, ਪਰ ਜਦੋਂ ਮਿਹਨਤ ਦਾ ਇਨਾਮ ਮਿਲਿਆ ਤਾਂ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ, ਅਤੇ ਐਂ ਲੱਗਿਆ ਕਿ ਜਿਵੇਂ ਸਾਰੀ ਮਿਹਨਤ ਦਾ ਫਲ ਮਿਲ ਗਿਆ, ਅਤੇ ਬਿਲਕੁਲ ਵੀ ਐਂ ਦੁੱਖ ਨਹੀਂ ਹੋਇਆ ਕਿ ਇੰਨਾ ਪੜ੍ਹੇ ਜਾਂ ਇੰਨਾ ਕੀਤਾ, ਬਹੁਤ ਖੁਸ਼ੀ ਹੋਈ। ਫਰਦਰ ਮੈਂ ਕਾਮਰਸ ਲਿੱਤੀ ਹੈ 11th ਦੇ ਵਿੱਚ, ਅਤੇ ਫਿਲਹਾਲ ਮੇਰਾ CA ਦਾ ਪਲੈਨ ਹੈ। CA ਸਰ ਮੇਰਾ ਇੱਕ ਤਾਂ ਇੰਟਰਸਟ ਬਹੁਤ ਸੀ ਕਾਮਰਸ ਦੇ ਵਿੱਚ, ਅਤੇ ਮੇਰੇ ਫੈਮਲੀ ਬੈਕਗਰਾਉਂਡ ਦੇ ਵਿੱਚ ਵੀ ਮੇਰੇ ਕਾਫੀ ਰਿਲੇਟਿਵ CA ਨੇ, ਮੈਨੂੰ ਉਹਨਾਂ ਤੋਂ ਬਹੁਤ ਇੰਸਪੀਰੇਸ਼ਨ ਹੈ, ਅਤੇ ਮੇਰਾ ਇੱਕ ਬਸ ਇੰਟਰਸਟ ਹੈ CA 'ਚ, ਮਨ ਹੈ CA ਬਣਨ ਦਾ। ਹਾਂਜੀ, ਥੈਂਕ ਯੂ ਸਰ। ਸਰ ਮੇਰੇ 90.4%।
ਕੀ ਸਬਜੈਕਟ ਕੀ ਰੱਖਿਆ ਮੈਂ ਸਰ ਸਾਇੰਸ ਮੈਡੀਕਲ ਦੀ ਸਟੂਡੈਂਟ ਹਾਂ ਸਾਇੰਸ ਮੈਡੀਕਲ ਟਫ ਸਬਜੈਕਟ ਹੈਗਾ ਹਾਂਜੀ ਤੇ ਤੁਹਾਨੂੰ ਜ਼ਿਆਦਾ ਸਪੋਰਟ ਕਿਹਦੀ ਰਹੀ ਹੋਈ ਹੈ ਸਰ ਮੇਰੇ ਸਭ ਤੋਂ ਜ਼ਿਆਦਾ ਸਪੋਰਟ ਮੇਰੇ ਪੇਰੈਂਟਸ ਦੀ ਰਹੀ ਹੈ ਮੇਰੀ ਮੰਮਾ ਨੇ ਮੇਰੀ ਬਹੁਤ ਹੈਲਪ ਕੀਤੀ ਹੈ ਪਾਪਾ ਨੇ ਵੀ ਬਹੁਤ ਹੈਲਪ ਕੀਤੀ ਹੈ ਅਤੇ ਮਤਲਬ ਮੈਨੂੰ ਕਦੀ ਵੀ ਉਹਨਾਂ ਨੇ ਆਏ ਧੱਕਾ ਨਹੀਂ ਕੀਤਾ ਕਿ ਜਾ ਪੜ੍ਹ ਪੜ੍ਹ ਕਿ ਬਹੁਤ ਟਾਈਮ ਹੋ ਗਿਆ ਖੇਡ ਰਹੀ ਹੈ ਇਹ ਵੋ ਮੈਨੂੰ ਬਿਲਕੁਲ ਵੀ ਕਦੀ ਆਏ ਨਹੀਂ ਕਿਹਾ ਕਿ ਟੈਸਟ 'ਚੋਂ ਇੰਨੇ ਘੱਟ ਨੰਬਰ ਕਿਉਂ ਆਏ ਹੈ ਜਾਂ ਤੂੰ ਪੜ੍ਹ ਨਹੀਂ ਰਹੀ ਹੈ ਉਹਨਾਂ ਨੇ ਮੈਨੂੰ ਇੱਕ ਹੀ ਗੱਲ ਕਹੀ ਸੀਗੀ ਕਿ ਤੂੰ ਆਪਣਾ ਰਿਜ਼ਲਟ ਤੇਰਾ ਅੱਛਾ ਆਉਣਾ ਚਾਹੀਦਾ ਤੂੰ ਜਿਸ ਤਰ੍ਹਾਂ ਮਰਜ਼ੀ ਕਰ ਉਹ ਤੇਰੇ 'ਤੇ ਆ ਕਦੀ ਵੀ ਫੋਰਸ ਨਹੀਂ ਕੀਤਾ ਕਿ ਪੜ੍ਹੋ ਪੜ੍ਹੋ ਹੁਣ ਅੱਗੇ ਕੀ ਸਰ ਹੁਣ ਮੈਂ ਅੱਗੇ ਸੋਚਿਆ ਕਿ MBBS ਕਰਨ ਦੀ ਸਲਾਹ ਹੈ ਮੇਰੀ ਮੇਰਾ ਨੀਟ ਦਾ ਐਗਜ਼ਾਮ ਦਿੱਤਾ ਉਹਦਾ ਰਿਜ਼ਲਟ ਹਲੇ ਅਵੇਟਿਡ ਹੈ ਜਦੋਂ ਉਹਦਾ ਰਿਜ਼ਲਟ ਆਏਗਾ ਉਸ ਨਾਲ ਪਤਾ ਚੱਲੇਗਾ ਪਲੱਸ ਟੂ ਤੋਂ ਬਾਅਦ ਜ਼ਿਆਦਾ ਲੋਕ ਬੱਚਿਆਂ ਦਾ ਕਰੇਜ਼ ਹੁੰਦਾ ਕਿ ਅਸੀਂ ਫੋਰਨ ਚਲੇ ਜਾਈਏ ਸਟੱਡੀ ਕਰਨਾ ਨਹੀਂ ਸਰ ਮੇਰਾ ਸਰ ਇਸ ਤਰ੍ਹਾਂ ਦਾ ਕੋਈ ਪਲਾਨ ਨਹੀਂ ਹੈ ਕੀ ਸਮਝਦੇ ਹੋ ਕਿ ਪੰਜਾਬ ਸਰਕਾਰ ਇੱਥੇ ਜਿਹੜੀ ਐਜੂਕੇਸ਼ਨ ਦੇ ਰਹੀ ਹੈ ਵਧੀਆ ਹਾਂਜੀ ਸਰ ਬਹੁਤ ਅੱਛੀ ਐਜੂਕੇਸ਼ਨ ਹੈ ਅਗਰ ਬੱਚਾ ਆਪਣਾ ਫੁੱਲ ਦੇਣਾ ਚਾਹੁੰਦਾ ਤਾਂ ਉਹ ਇੱਥੇ ਰਹਿ ਕੇ ਵੀ ਪੂਰਾ ਆਪਣਾ ਦੇ ਸਕਦਾ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਬਾਹਰ ਜ਼ਿਆਦਾ ਭੱਜਣ ਦੀ ਕਿਉਂਕਿ ਅਗਰ ਆਪਾਂ ਹੀ ਬਾਹਰ ਚਲੇ ਜਾਵਾਂਗੇ ਆਪਾਂ ਹੀ ਤਾਂ ਆਪਣੇ ਦੇਸ਼ ਨੂੰ ਉੱਚਾ ਉਠਾਉਣਾ ਅਗਰ ਆਪਾਂ ਚਲੇ ਜਾਵਾਂਗੇ ਤਾਂ ਇਸ ਨੂੰ ਕੌਣ ਉਠਾਊਗਾ ਇੱਥੇ ਹੀ ਰਹਿਣਾ ਚਾਹੀਦਾ ਕਿਉਂਕਿ ਇੱਥੇ ਵੀ ਸਭ ਕੁਝ ਹੈ ਲੋੜ ਹੈ ਥੋੜ੍ਹੀ ਮਿਹਨਤ ਕਰਨ ਦੀ ਜੇ ਤੁਹਾਡੀ ਫੈਮਿਲੀ ਬੈਕਗ੍ਰਾਉਂਡ ਦੇਖੀ ਜਾਵੇ ਤਾਂ ਤੁਹਾਡੇ ਦਾਦੀ ਜੀ ਵੀ ਜਿਹੜੇ ਹੈਗੇ ਨੇ ਇੱਕ ਰਿਟਾਇਰਡ ਪ੍ਰਿੰਸੀਪਲ ਹੈਗੇ ਜੀ ਹਾਂਜੀ ਸਰ ਮੇਰੇ ਦਾਦੀ ਰਿਟਾਇਰਡ ਪ੍ਰਿੰਸੀਪਲ ਰਹੇ ਆ ਗਵਰਨਮੈਂਟ ਸਕੂਲ 'ਚ ਹੀ ਪੜ੍ਹਾਉਂਦੇ ਸੀਗੇ ਪਹਿਲਾਂ ਕਾਫੀ ਦੇਰ ਟੀਚਿੰਗ ਕੀਤੀ ਉਹਨਾਂ ਨੇ ਐਂਡ 'ਤੇ ਪ੍ਰਿੰਸੀਪਲ ਕਿੰਨਾ ਵੀ ਸਪੋਰਟ ਰਹੀ ਹੋਊਗੀ ਉਹਨਾਂ ਨੇ ਵੀ ਬਹੁਤ ਸਪੋਰਟ ਕੀਤੀ ਹੈ ਕਦੀ ਵੀ ਮਤਲਬ ਤੰਗ ਨਹੀਂ ਕੀਤਾ ਕਿਸੇ ਵੀ ਤਰੀਕੇ ਨਾਲ ਬਹੁਤ ਉਹਨਾਂ ਨੇ ਵੀ ਮੋਟੀਵੇਟ ਕੀਤਾ ਕਿ ਪੜ੍ਹੋ ਪੜ੍ਹੋ ਅੱਗੇ ਵਧੋ ਅਤੇ ਉਹਨਾਂ ਤੋਂ ਵੀ ਇੱਕ ਅੱਛੀ ਹੀ ਮਿਲਦੀ ਹੈ ਕਿਉਂਕਿ ਉਸ ਟਾਈਮ ਦੇ ਵਿੱਚ ਪ੍ਰਿੰਸੀਪਲ ਰਹਿਣਾ ਵੀ ਇੱਕ ਬਹੁਤ ਵੱਡੀ ਗੱਲ ਹੈ ਅਤੇ ਬਹੁਤ ਹੈਲਪ ਕੀਤੀ ਉਹਨਾਂ ਨੇ ਵੀ ਮੋਗਾ ਦੀਆਂ ਦੋਵੇਂ ਭੈਣਾਂ ਨੇ ਅੱਜ ਪੰਜਾਬ ਦਾ ਨਾਂ ਰੋਸ਼ਨ ਕੀਤਾ ਪਰ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਮਿਸਾਲ ਵੀ ਕਾਇਮ ਕੀਤੀ ਹੈ ਕਿ ਕੁੜੀਆਂ ਚਾਹੇ ਤਾਂ ਉਹ ਕੀ ਕੁਝ ਨਹੀਂ ਕਰ ਸਕਦੀਆਂ ਤੇ ਅੱਜ ਦੇ ਸਮੇਂ 'ਚ ਕੁੜੀਆਂ ਹਰ ਖੇਤਰ ਦੇ ਵਿੱਚ ਮੱਲਾਂ ਮਾਰ ਰਹੀਆਂ ਨੇ ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ ਸਕਾਈ ਨਿਊਜ਼ ਪੰਜਾਬ job